ਸਵਿਤਾ ਭੱਟੀ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਐਲਾਨੇ ਲੌਕਡਾਊਨ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਹੈ। ਆਪਣੇ ਸੁਨੇਹੇ ਵਿੱਚ ਉਹਨਾਂ ਕਿਹਾ ਕਿ ਅਸੀਂ ਘਰ ਬੈਠ ਕੇ ਵੀ ਹਰ ਇੱਕ ਕੰਮ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਘਰ ਬੈਠ ਕੇ ਅਫਵਾਹਾਂ ਸੁਣਨ ਅਤੇ ਅਫਵਾਹਾਂ ਫੈਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਹਨਾਂ ਬਿਨਾਂ ਕਾਰਨ ਲੌਕਡਾਊਨ ਦੌਰਾਨ ਘਰੋਂ ਨਿਕਲਣ ਵਾਲਿਆਂ ਨੂੰ ਵੀ ਅਜਿਹਾ ਨਾ ਕਰਨ ਦੀ ਅਪੀਲ ਕੀਤੀ। ਉਹਨਾਂ ਕੋਰੋਨਾ ਵਾਇਰਸ ਦੀ ਲੜਾਈ 'ਚ ਡਾਕਟਰਾਂ, ਮੈਡੀਕਲ ਸਟਾਫ, ਪੁਲਿਸ ਮੁਲਾਜ਼ਮਾਂ ਅਤੇ ਹੋਰਨਾਂ ਵੱਲੋਂ ਨਿਭਾਈ ਜਾ ਰਹੀ ਅਹਿਮ ਭੂਮਿਕਾ ਦੀ ਸ਼ਲਾਘਾ ਵੀ ਕੀਤੀ। ਮੈਂ ਹਾਂ ਸਵਿਤਾ ਭੱਟੀ। ਕੋਵਿਡ-19 ਦੇ ਲੌਕਡਾਊਨ ਕਰਕੇ ਅਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਬੈਠੇ ਹੋਏ ਹਾਂ। ਅਰੇ ਜਨਾਬ, ਤੁਸੀਂ ਕਿਤੇ ਬਾਹਰ ਫਿਰਨ ਦੇ ਹੋ? ਮੈਂ ਤੁਹਾਨੂੰ ਘਰ ਬੈਠਣ ਨੂੰ ਕਹਿ ਰਹੀ ਹਾਂ। ਪਤਾ ਹੈ, ਤੁਸੀਂ ਘਰ ਬੈਠ ਕੇ ਵੀ ਸਾਰੇ ਕੰਮ ਕਰ ਸਕਦੇ ਹੋ। ਸਿਰਫ ਇੱਕ ਕੰਮ ਨਹੀਂ ਕਰਨਾ, ਨਾ ਅਫਵਾਹਾਂ ਸੁਣਨੀਆਂ ਅਤੇ ਨਾ ਫੈਲਾਉਣੀਆਂ। ਪਤਾ ਤੁਸੀਂ ਘਰ ਰਹਿ ਕੇ ਕਿੰਨੇ ਲੱਕੀ ਹੈਗੇ ਹੋ? ਕਿਉਂਕਿ ਹੈਲਥ ਕੇਅਰ ਵਰਕਰਸ, ਐਸੈਂਸ਼ੀਅਲ ਸਰਵਿਸ ਪ੍ਰੋਵਾਈਡਰਸ, ਪੁਲਿਸ, ਇਹਨਾਂ ਨੂੰ ਇਹ ਵੀ ਆਪਸ਼ਨ ਨਹੀਂ ਹੈਗੀ ਕਿ ਉਹ ਘਰ ਰਹਿ ਸਕਣ। ਇਹ ਜੰਗ ਲੜ ਰਹੇ ਆ ਸਾਡੇ ਲਈ, ਸੋ ਆਓ ਇਹਨਾਂ ਦੇ ਬਲੀਦਾਨ ਨੂੰ ਵਿਅਰਥ ਨਾ ਜਾਣ ਦੇਈਏ। ਦੋਸਤੋ, ਮੰਨਿਆ ਕਿ ਐਤਕੀ ਵਾਰ ਰਾਤ ਕੁਝ ਜ਼ਿਆਦਾ ਹੀ ਲੰਬੀ ਹੋ ਗਈ ਹੈ, ਪਰ ਕੁਦਰਤ ਦਾ ਨਿਯਮ ਹੈ ਰਾਤ ਤੋਂ ਬਾਅਦ ਸਵੇਰਾ ਹੋਣਾ ਹੀ ਹੋਣਾ ਹੈ। ਸੋ ਆਓ ਹਿੰਮਤ ਨਾਲ ਉਹਦਾ ਇੰਤਜ਼ਾਰ ਕਰੀਏ। ਸਟੇ ਐਟ ਹੋਮ, ਬੀ ਪੋਜ਼ਿਟਿਵ, ਬੀ ਸੇਫ। ਜੈ